ਤਵੱਜੋ ਸਿਰਫ ਤਵੱਜੋ ਪੈਸੇ ਦੀ ਇਨਾਮ ਦੀ ਕੋਈ ਲੋੜ ਨਹੀਂ ਸਿਰਫ ਤਵੱਜੋ ਚਾਹੀਦੀ ਲਗਸਾ ਥੋੜੀ ਜਿਹੀ ਮੇਰੇ ਤਵੱਜੋ ਕਰਨੀ ਹੈ ਕਿ ਬੇਲੀ ਜਦਨ ਦਾ ਤੁਰਿਆ ਡਹਿ ਗਈ ਏ ਸਾਡੇ ਸਿਰ ਤੋਂ ਮਾਣ ਦੀ ਛੱਤ ਤੇ ਬੇਲੀ ਜਦਨ ਦਾ ਤੁਰਿਆ ਢਹਿ ਗਈ ਏ ਭਾਈ ਅਮੀਰ ਸਾਡੇ ਸਿਰ ਤੋਂ ਮਾਣ ਦੀ ਛੱਤ ਤੇ ਬਦਰ ਰਵਿਆ ਸਾਹਮਣੇ ਅੱਖੀਆਂ ਦੇ ਹੋ ਦੂਰ ਗਿਆ ਅਬ ਖਬਰ ਉਹਦੇ ਸਦਮਾ ਜਿਗਰ ਪਰ ਉਹ ਚਕੀਦਾ ਅਦਬ ਸ਼ਨਾਸ਼ ਲੋਕ ਬੈਠੇ ਹੋ ਕਿ ਨਹੀਂ ਭੁੱਲ ਵੱਜੋ ਤਾਂ ਦੱਸ ਸਕਦੇ ਹੋ ਉਹਦੇ ਸਦਮੇ ਜਿਗਰ ਪਰ ਉਹ ਚਕੀਦਾ ਭਾਵੇਂ ਸਾਜੀ ਨਹੀਂ ਸਾਡੀ ਰਾਤ ਤੇ ਜਿਹੜਾ ਅਰਸ਼ ਛਾਣ ਲੈ ਜੱਗ ਸਾਰਾ ਕੋਈ ਦਰਦ ਨਜਮ ਸੀ ਵਾਸਤੇ ਜਿਹੜਾ ਅਰਸ਼ ਛਾਣ ਲੈ ਜੱਗ ਸਾਰਾ ਕੋਈ ਦਰਦ ਨਜਮ ਸੀ ਵਾਸਤੇ ਕੋਈ ਕਿਸੇ ਦਾ ਮਰੇ ਤਾਂ ਦੁੱਖ ਲੱਗਦਾ ਹੈ ਛੋਟਾ ਮਰੇ ਵੱਡਾ ਮਰੇ ਭੈਣ ਮਰੇ ਭਰਾ ਮਰੇ ਦੁੱਖ ਤਾਂ ਲੱਗਦਾ ਹੈ ਕੋਈ ਕਿਸੇ ਦਾ ਮਰੇ ਤਾਂ ਦੁੱਖ ਲੱਗਦਾ ਹੈ ਉਹ ਚਰਾਗ ਜੇ ਹੁੰਦਾ ਹੈ ਘਰ ਦਾ ਘਰ ਦਾ ਕੋਈ ਕਿਸੇ ਦਾ ਮਰੇ ਤਾਂ ਦੁੱਖ ਲੱਗਦਾ ਹੈ ਉਹ ਚਰਾਗ ਜੇ ਹੁੰਦਾ ਹੈ ਘਰ ਦਾ ਤਕਦੀਰ ਨਹੀਂ ਰਹਿੰਦੀ ਪਰ ਉਹ ਅਰਮਾਨ ਹੈ ਅਜੇ ਤਾਈ ਤਾਂ ਦਰਦ ਤਵਜੋ ਕਿ ਕੋਈ ਕਿਸੇ ਦਾ ਮਰੇ ਤਾਂ ਦੁੱਖ ਲੱਗਦਾ ਹੈ ਉਹ ਚਰਾਗ ਜੇ ਹੁੰਦਾ ਹੈ ਘਰ ਦਾ ਹਰ ਬਸ਼ਰ ਦਾ ਜੱਗ ਤੇ ਰੋਹ ਹੁੰਦਾ ਹੈ ਕੋਈ ਫਰਦਾ ਕੋਈ ਅਣਫਰਦਾ ਤਕਦੀਰ ਨਹੀਂ ਰਹਿੰਦੀ ਪਰ ਉਹ ਅਰਮਾਨ ਬੜੀ ਮਿਹਰਬਾਨੀ ਮੇਰੇ ਵੱਡੇ ਭਾਈ ਮਾਰ ਅਮਾਨਤ ਲੱਖ ਸਾਹਿਬ ਤੇਰਾ ਬਾਦਲਾ ਮੇਰੇ ਬਜ਼ੁਰਗ ਬਾਬੇ ਜੋ ਆਏ ਹਨ ਮਾਰੇ ਹਾਜੀ ਮਾਰੇ ਮਰਾਨ ਲੱਖ ਸਾਹਿਬ ਦੇ ਵੱਡੇ ਭਾਈ ਮਾਰ ਅਮਾਨਤ ਲੱਖ ਸਾਹਿਬ ਮਾਰ ਜਾਵੇ ਸਰਫਰਾਜ ਮਾਰ ਮਸਲ ਜਨਾਬ ਤਰਫੋਂ ਬੜੀ ਮੁਹੱਬਤ ਭਾਈ ਸ਼ਹੀਦ ਸਾਹਿਬ ਕੋਈ ਕਿਸੇ ਦਾ ਮਰੇ ਯਾਰ ਮੈਂ ਆਖਿਆ ਪੈਸੇ ਨਾ ਦਿਓ ਤੁਹਾਡੀ ਮਿਹਰਬਾਨੀ ਨਹੀਂ ਯਾਰ ਨਹੀਂ ਲੈਣਾ ਨਾ ਤੁਹਾਡੀ ਮਿਹਰਬਾਨੀ ਤੁਸੀਂ ਸਿਰਫ ਸੁਣੋ ਅੱਜ ਨਹੀਂ ਲੈਣਾ ਮਿਹਰਬਾਨੀ ਆਸਾ ਪੈਸੇ ਨਹੀਂ ਲੈਣੇ ਕੋਈ ਕਿਸੇ ਦਾ ਮਰੇ ਤਾਂ ਦੁੱਖ ਲੱਗਦਾ ਹੈ ਉਹ ਚਰਾਗ ਜੇ ਹੁੰਦਾ ਹੈ ਘਰ ਦਾ ਹਰ ਬਸ਼ਰ ਦਾ ਜੱਗ ਤੇ ਰੋਹ ਹੁੰਦਾ ਹੈ ਕੋਈ ਫਰਦਾ ਕੋਈ ਅਣਫਰਦਾ ਤਕਦੀਰ ਨਹੀਂ ਰਹਿੰਦੀ ਪਰ ਬਹੁ ਅਰਮਾਨ ਹੈ ਪਾਤਸ਼ਾਹ ਮਿਹਰਬਾਨੀ ਤਕਦੀਰ ਨਹੀਂ ਰਹਿੰਦੀ ਪਰ ਬਹੁ ਅਰਮਾਨ ਹੈ ਅਜੇ ਤਾਈ ਤਾਂ ਦਰਦ ਨਾ ਮਰਦਾ ਇਹ ਹਰ ਸ਼ਬਦ ਸੋਚ ਮੁਕਾ ਗਈਏ ਕਈ ਵਾਕਿਆ ਦਰਦ ਨੂੰ ਡਰਦਾ ਇਹ ਹਰ ਸ਼ਬਦ ਸੋਚ ਮੁਕਾ ਗਈਏ ਕਈ ਵਾਕਿਆ ਦਰਦ ਨੂੰ ਡਰਦਾ ਕਿੱਥੋਂ ਥੋੜੇ ਜਿਹੇ ਹੋਰ ਆਪਣੇ ਬਜ਼ੁਰਗਾਂ ਦਾ ਆਪਣੇ ਫੋਨ ਦੀ ਤਾਸੀਰ ਵਿੱਚ ਐਸਾ ਥੋੜੇ ਹੋਰ ਕਾਫੀ ਆ ਥੋੜੇ ਹੋਰ ਕਾਫੀ ਆ ਮਜ਼ਬੂਤ ਕਰ ਰਿਹਾ ਮੇਰਾ ਤਵੱਜੋ ਕਰਿਆ ਇੱਕ ਆਖਰੀ ਸ਼ੇਰ ਦਰਦ ਦੀ ਤਾਜ਼ੀਅਤ ਸ਼ੋਰਾ ਕਰਾਮ ਮੁਤਾਬਕ ਫਿਕਰ ਦੇ ਸਾਂ ਕਿ ਅੱਜ ਮੌਸਮ ਨਾ ਦਰਦ ਦੇ ਨਿਖਰਨ ਦਾ ਤਕਦੀਰ ਚ ਗੱਤੀਆਂ ਵਿੱਥਾਂ ਅੱਜ ਮੌਸਮ ਦਾ ਦਰਦ ਦੇ ਨਿਖੜਨ ਦਾ ਤਕਦੀਰ ਚ ਗੱਤੀਆਂ ਵਿੱਥਾਂ ਓਏ ਜੁਮਲਾ ਅਹਿਬਾਬ ਦੀ ਪਰਿਆਂ ਵਿੱਚ ਕਿਹੜਾ ਮਨਸਬ ਕਰਸੀ ਮਿੱਥਾਂ ਸਾਡੇ ਸਿਰ ਤੋਂ ਪਰਦਾ ਲੈ ਗਿਆ ਅਸਮ ਸਾਡੇ ਸਿਰ ਤੋਂ ਪਰਦਾ ਲੈ ਗਿਆ ਏ ਡਰ ਲੱਗਦਾ ਹੈ ਬੰਬੀਏ ਜਿੱਥਾਂ ਲੱਖਾਂ ਅਰਸ਼ਦ ਹੋਰ ਲਿਖਾਰੀ ਹੋ ਸਕ ਕੋਈ ਦਰਦ ਨਹੀਂ ਜੰਮਣਾ ਇੱਥਾਂ ਲੱਖਾਂ ਅਰਸ਼ਦ ਹੋਰ ਲਿਖਾਰੀ ਹੋ ਸਕ ਕੋਈ ਦਰਦ ਨਹੀਂ ਜੰਮਣਾ ਇੱਥਾਂ ਤਾਂ ਦਰਦ ਦੀ ਤਾਜ਼ੀਅਤ ਇੱਕ ਸ਼ੇਰ ਦਰਦ ਦਾ ਤਬਾਦ ਜੀ ਠੀਕ ਠੀਕ ਬਹੁਤ ਸ਼ੁਕਰੀਆ ਇੱਕ ਦਰਦ ਸਾਹਿਬ ਦਾ ਬੜਾ ਖੂਬਸੂਰਤ ਜੀ ਸ਼ੇਰ ਤਕਰੀਬਨ ਮੈਂ ਹਰ ਜਗ੍ਹਾ ਤੇ ਪੜ੍ਹਦਾ ਭਾਈ ਜਨ ਤਵੱਜੋ ਕਰਨੀ ਹੈ ਮਾਰ ਸਾਹਿਬ ਬੜੀ ਮਿਹਰਬਾਨੀ ਦਰਦ ਸਾਹਿਬ ਲਿਖਦੇ ਕਿ ਨਾ ਯਾ ਦਿਲ ਤਾਂ ਬੇਸ਼ੱਕ ਨਾ ਲਿਖਿਆ ਨਾ ਯਾ ਦਿਲ ਤਾਂ ਬੇਸ਼ੱਕ ਨਾ ਲਿਖਿਆ ਖੱਤ ਸੱਜਣ ਝਰੀਟਣਾ ਨਾ ਯਾ ਮੁੜ ਲਿਖਦਿਆਂ ਵਾਰੀ ਨਫ਼ਰਤ ਤੂੰ ਅੱਖੀਆਂ ਨੂੰ ਮੀਟਣਾ ਨਾ ਯਾ ਉਹ ਮੇਰੇ ਮਾਣ ਨੂੰ ਫਰਕ ਤੇ ਕੱਢਿਆ ਤੇ ਬੇਜੁਰਮ ਘਸੀਟਣਾ ਨਾ ਯਾ ਨਾ ਯਾ ਦਾ ਨਾ ਯਾ ਦਾ ਨਾ ਦਰਦ ਜੇ ਕੁਝ ਵੀ ਦੇ ਸਕਦਾ ਹਾਏ ਹਾਏ ਮੇਰਾ ਪਿੰਨਾ ਮੀਟਣਾ ਨਾ ਯਾ ਨਾ ਯਾ ਦਿਲ ਦਾ ਬੇਸ਼ੱਕ ਨਾ ਲਿਖਿਆ ਖੱਤ ਸੱਜਣ ਝਰੀਟਣਾ ਨਾ ਯਾ ਮੁੜ ਲਿਖਦਿਆਂ ਵਾਰੀ ਨਫ਼ਰਤ ਤੂੰ ਅੱਖੀਆਂ ਨੂੰ ਮੀਟਣਾ ਨਾ ਯਾ ਮੇਰੇ ਮਾਣ ਨੂੰ ਫਰਕ ਤੇ ਕੱਢਿਆ ਤੇ ਬੇਜੁਰਮ ਘਸੀਟਣਾ ਨਾ ਯਾ ਘਰੋਂ ਦਰਦ ਜੇ ਕੁਝ ਨਾ ਦੇ ਸਕਦਾ ਮੇਰਾ ਪਿੰਨਾ ਮੀਟਣਾ ਨਾ ਯਾ ਦਰਦ ਉਹ ਸ਼ੇਰ ਸੁਣਿਆ ਤਾਂ ਹਰ ਬੰਦੇ ਨਹੀਂ ਸੁਣੇ ਬਾਤ ਉਹਨਾਂ ਦਾ ਬੜਾ ਪੁਰਾਣਾ ਸ਼ੇਰ ਕਿਸੇ ਬੰਦੇ ਘੱਟ ਹੀ ਸੁਣਿਆ ਲੋਕੋ ਵੱਖਰੇ ਵਸਿਆ ਮਾਰ ਸਾਹਿਬ ਜੁਮਲਾ ਅਹਿਬਾਬ ਲੋਕੋ ਵੱਖਰੇ ਵਸਿਆ ਝੁੱਲੀਆਂ ਚੋਂ ਸਾਨੂੰ ਲਾਲ ਜਦੋਂ ਕੇ ਲੱਥੇ
ਸੁੱਖ ਲੋਰੀਆਂ ਦੇਨੇ ਥੱਕਦੇ ਹੀ ਨਹੀਂ ਦੁੱਖ ਡਾਲ ਕੇ ਦੋਕੇ ਲੱਦੇ ਨੇ ਭਾਈ ਅਮੀਰ ਲੱਗੀ ਕਾਈ ਨਹੀਂ ਕਸ ਹਮ ਦਰਦ ਕਿਸਮ ਦੇ ਉਹ ਭਾਈ ਵਾਲ ਜੇ ਦੋਕੇ ਲੱਦੇ ਘਾਟੇ ਪਿਛਲੇ ਹੀ ਦਰਦ ਭਰੀ ਗਏ ਲੱਗ ਪਾਲ ਜੇ ਦੋਕੇ ਲੱਦੇ ਤਾਂ ਮੈਂ ਬੜੀ ਬਾਬਤ ਦਾ ਬੜਾ ਟਾਈਮ ਸਾਡੇ ਇੱਕ ਇੱਕ ਦੋ ਦੋ ਸ਼ੇਰਾਂ ਵਾਸਤੇ ਕਈ ਬੜੇ ਪਿਆਰੇ ਸ਼ਕਲ ਦੇ ਜਨਾਬ ਮਾਰ ਬੁਲਾਉਣ ਦਰਸ਼ਕ ਦੇ ਜਾਵੀਆਂ ਦੇ ਨਾਲ ਜਨਾਬ ਦਾ ਦਰ ਲੱਗੇ